ਅੱਜ ਚੋਣਾਂ ਦਾ ਬਿਗਲ ਵੱਜ ਚੁੱਕਿਆ ਜਿੱਥੇ ਸਾਡੀ ਆਮ ਆਦਮੀ ਪਾਰਟੀ ਨੇ ਵੀ ਸਮੇਂ ਸਾਰੇ ਵਾਰਡਾਂ ਦੇ ਵਿੱਚ ਨਕੋਦਰ ਦੇ ਵਿੱਚ ਵੀ 11 ਤੋਂ ਵੱਧ ਉਮੀਦਵਾਰ ਉਤਾਰੇ ਹੋਏ ਚੋਣ ਮੈਦਾਨ ਦੇ ਵਿੱਚ ਅਸੀਂ ਤਾਂ ਲੋਕਾਂ ਨੂੰ ਇੱਕੋ ਹੀ ਅਪੀਲ ਕਰਦੇ ਹਾਂ ਕਿ ਸਮਾਜ ਦੀ ਸਫਾਈ ਲਈ ਵੀ ਜਿਸ ਤਰ੍ਹਾਂ ਆਪਣੇ ਘਰ ਦੀ ਸਫਾਈ ਨੂੰ ਅਸੀਂ ਤਨਦੇਹੀ ਨਾ ਕਰਦੇ ਹਾਂ ਸਮਾਜ ਦੀ ਸਫਾਈ ਲਈ ਵੀ ਸਾਨੂੰ ਉਹ ਝਾੜੂ ਚੱਕਣਾ ਹੀ ਪੈਣਾ ਭਾਵੇਂ ਚਾਹੇ ਉਹ ਝਾੜੂ ਭ੍ਰਿਸ਼ਟਾਚਾਰੀ ਤੇ ਹੋਵੇ ਚਾਹੇ ਉਹ ਨਗਰ ਕੌਂਸਲ ਦੇ ਜਿਹੜੇ ਅਫਸਰਾਂ ਦੀ ਅਣਗਹਿਲੀਆਂ ਤੇ ਹੋਵੇ ਹਰ ਤਰ੍ਹਾਂ ਦਾ ਸਮਾਜ ਦਾ ਝਾੜੂ ਚੱਕਾਂਗੇ ਤਾਂ ਹੀ ਸਮਾਜ ਦੀ ਬਿਹਤਰੀ ਲਈ ਕੰਮ ਹੋ ਸਕਦਾ ਮੈਂ ਇੱਥੇ ਕਰਨਵੀਰ ਤੇ ਬੀਬੀ ਦੇ ਹੱਕ ਚ ਪ੍ਰਚਾਰ ਦੇ ਲਈ ਆਈ ਸੀ ਲੋਕਾਂ ਦਾ ਬਹੁਤ ਹੀ ਭਰਮਾ ਹੰਗਾਰਾ ਮਿਲ ਰਿਹਾ ਮੈਨੂੰ ਲੱਗਦਾ ਪਰਮਾਤਮਾ ਸਾਡੇ ਮਿਹਰ ਤੇ ਬਖਸ਼ਿਸ਼ ਕਰੇ Subscribe to our YouTube channel News DNN by clicking the bell icon. Don't forget to like, comment and share.